ਆ ਕੀ ਹੈ ਯਾਰ ਤਾਂ ਚੀਜ਼ ਹੀ ਮੈਂ ਤਾਂ ਹੁਣ ਵੇਖੀ ਆ ਇਹ ਕੀ ਹੈ ਯਾਰ ਇਸ ਕਮਾ ਲਾ ਵੀ ਕਮਾ ਦੇ ਵੀ ਕਮਾ ਤੇ ਆ ਵੀ ਕਮਾ ਦਿੰਨੇ ਆਪਾਂ ਸੁਪੀਨਰ ਕਹਿੰਦੇ ਆ ਵੀ ਹਾਂਜੀ ਇਹ ਵੀ ਵੀ ਵੈਸੀ ਹਾਂਜੀ ਤੇ ਇਹ ਬਾਈ ਨੂੰ ਮੇਰੇ ਸਾਹਮਣੇ ਟਰੈਕਟਰ ਦਾ ਸ਼ੌਕ ਆਉਂਦਾ ਟਾਇਰ ਦੇਖ ਲਓ ਕਿੱਡੇ ਕਿੱਡੇ ਮੋٹے ਪਾ ਦੇ ਵੀ ਕਿੰਨਾ ਚੋੜਾ ਹੋਊਗਾ ਇਹ ਟਾਇਰ ਇਹ 2 ਫੁੱਟੇ ਵਜਦੇ ਆ 2 ਫੁੱਟੇ ਤੇ ਮਗਰ ਲਈ ਬਈ ਚੌੜੇ ਕੀਤੇ ਵੇ ਆ ਮਗਰ ਲਈ ਸੋਹਣਾ ਲੱਗਦਾ ਲੰਮਾ ਕਰਕੇ ਹੀ ਤਾਂ ਕਰੇ ਇਹ ਬਈ ਕਿੰਨਾ ਹੀ ਮੈ ਲੱਗਦਾ 23-3 ਫੁੱਟੇ ਹੋ ਹਣਾ 34 ਇੰਚ ਇਹਨਾਂ ਵੀ ਫਾਇਦਾ ਵੀ ਹੈਗਾ ਕੋਈ ਕੂਈ ਲਾਤੀ ਫਾਇਦਾ ਬਾ ਸ਼ੌਂਕ ਹੈ ਜੀ ਆ ਛਤਰੀ ਚੁਤਰੀ ਬਈ ਕਿਵੇਂ ਇਹ ਕੰਪਨੀ ਵੱਲੋਂ ਦੀ ਕਿ ਤੁਸੀਂ ਇਹ ਅਲੱਗ ਤੋਂ ਲਵਾਈ ਬਈ ਅਲੱਗ ਤੋਂ ਲਵਾਈ ਵੀ ਹੈ ਅਲੱਗ ਤੋਂ ਲਵਾਈ ਵੀ ਹੈ ਇਹਦੇ ਚ ਬਈ ਨੂੰ LED ਜੀ ਵੀ ਲਵਾਤੀ ਹੈ ਹਣਾ ਜਿਹਦੇ ਚ ਵਾਹਿਗੁਰੂ ਮੇਰ ਹਰ ਕਰੀ ਉਹ ਲਿਖਿਆ ਆਂਦਾ ਹਣਾ ਆ ਜਿਹੜੇ ਐਮਪਤਰਾ ਇਹ ਵੀ ਬਈ ਮੈਨੂੰ ਵਾਵਾ ਮਹਿੰਗੇ ਲੱਗਦੇ ਹੈਗੇ ਤੇ ਕਿੰਨੇ ਕਿਤੇ ਇਹ ਇਹ ਲੱਖ ਦਿਆ ਸੇ ਪਾਸੇ ਸੱਚੀ ਬਈ ਆ ਸਟੀering ਜਿਹੜਾ ਹੈਗਾ ਮੂਸੇ ਵਾਲੇ ਨੇ ਜਿਵੇਂ ਬਣਾਇਆ ਸੀ ਨਾ ਉਹ ਜਿਹੜੇ ਸੰਗਲ ਜੇ ਹੁੰਦੇ ਉਹ ਬਣਾਇਆ ਸੀ ਇਹ ਚੈਨ ਦਾ ਹਨਾ ਤੇ ਹੋਰ ਵੀ ਬਈ ਇਹਦੇ ਚ ਕੋਈ ਗੱਲ ਬਾਤ ਨਹੀਂ ਬੇਚ ਸਪਿੰਨਰ ਲੱਗੇ ਵੀ ਅੱਛਾ ਵਿਚਾਲੇ ਇਹ ਵੀ ਕੈਨੇਡਾ ਦਾ ਝੰਡਾ ਬਈ ਹਾਂਜੀ ਆ ਕੀ ਹੈ ਬਈ ਇਹ ਹੂਟਰ ਲਾਇਆ ਹੋਵੇ ਮਜ਼ਾ ਆ ਬਈ ਹਾਂਜੀ ਹਾਂਜੀ ਮੈਂ ਹੂਟਰ ਵਜਾਦ ਗੇ ਹੋਰ ਵੀ ਏ ਬਾਈ ਕਾਤੋਂ ਲਗਾਏ ਯਾਰੂੰ ਵੈਸੇ ਸ਼ੌਂਕ ਨੂੰ ਲਾਇਆ ਹੈ ਵਿੱਚ ਮਾਈਕ ਆ ਬੋਲੇ ਵੀ ਜਾਂਦੇ ਤੇ ਅੱਛਾ ਉਹ ਵੀ ਆਪ ਦਿਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਵੀਡੀਓ ਨਵੀਂ ਕਿਸਮ ਦੀ ਲੈ ਕੇ ਆਏ ਆਂ ਅੜਾ ਟਰੈਕਟਰ ਤੋਂ ਹੀ ਦੇਖ ਰਹੇ ਆਂ ਸੋਨਾ ਲਿਖਾ ਦਾ ਸਕੰਦਰ ਟਰੈਕਟਰ ਹੈ ਡੀ ਆਈ 750 ਤੇ ਟਰੈਕਟਰ ਤਾਂ ਇਹ ਕਹਿੰਦਾ ਵੀ ਨਵਾਂ 6-7 ਲੱਖ ਦਾ ਹੀ ਆ ਪਰ ਆ ਬਾਈ ਨੇ 11 ਲੱਖ ਦਾ ਬਣਾਤਾ ਤੇ ਕਿਵੇਂ ਬਣਾਤਾ ਆਪਾਂ ਇਹਨੂੰ ਪੁੱਛ ਲੈਨੇ ਆਂ ਬਾਈ ਜੀ ਆਜੋ ਗਾਂਹਾਂ ਆਜੋ ਤੇ ਇੱਕ ਚੀਜ਼ ਤੁਹਾਨੂੰ ਗਾਂ ਚਲੋ ਬਾਅਦ ਚੋ ਦਿਖਾਉਣੇ ਹੋਰ ਬਾਈ ਕੀ ਹਾਲ ਹੈ ਵਧੀਆ ਜੀ ਤੇ ਇਹ ਬਾਈ ਦਾ ਨਾਮ ਹੈਗਾ ਸੰਦੀਪ ਬਰਾੜ ਤੇ ਬਾਈ ਦਾ ਪਿੰਡ ਹੈਗਾ ਨਹੀਂਆਲਾ ਗੋਨੇਣਾ ਮੰਡੀ ਦੇ ਨਾਲ ਹੀ ਬਠਿੰਡੇ ਜ਼ਿਲ੍ਹੇ ਚ ਪੈਂਦਾ ਹੋਰ ਬਾਈ ਠੀਕ ਠਾਕ ਹੈ ਵਧੀਆ ਬਈ ਵਧੀਆ ਤੇ ਬਈ ਟਰੈਕਟਰ ਬਾਰੇ ਪਹਿਲਾਂ ਤਾਂ ਦੱਸੋ ਵੀ ਨਵਾਂ ਕਿੰਨੇ ਦਾ ਲਿਆ ਸੀ ਤੇ ਹੁਣ ਕਿੰਨੇ ਦਾ ਹੈ ਇਹ ਇਹ 730 ਦਾ ਨਵਾਂ ਬਾਈ 730 ਦਾ ਹਾਂਜੀ ਤੇ ਹੁਣ ਬਈ ਕਿੰਨੇ ਦਾ ਬਣਾਤਾ ਤੁਸੀਂ ਇਹਨਾਂ ਨੂੰ 11 ਦੇ ਆਸ-ਪਾਸ ਬਣ ਗਏ ਜੀ 11 ਦੇ ਆਸ-ਪਾਸ ਯਾਨੀ ਕਿ ਬਈ 4 ਕੁ ਲੱਖ ਮੋਟਾ-ਮੋਟਾ ਵਧਾਤਾ ਬਈ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਵਧਾਤਾ ਹੁਣ ਇਹ ਦੱਸੋ ਮੈ ਬਾਹੀ ਕੋ ਟਾਇਰ ਹੋ ਗਿਆ ਮਿਊਜ਼ਿਕ ਸਿਸਟਮ ਹੋ ਗਿਆ ਛਤਰੀ ਹੋ ਗਈ ਬੈਂਪਰ ਹੋ ਗਿਆ ਟਰਬੋ ਹੋ ਗਿਆ ਐਨਾ ਚੀਜ਼ਾਂ ਦੇ ਵਧਾਤਾ ਹੁਣ ਆ ਟਾਇਰ ਵੀ ਵੇਖ ਲਓ ਪਹਿਲਾਂ ਤਾਂ ਇਹ ਵੀ ਜੀਪਾਂ ਚੋਂ ਪਾਉਂਦੇ ਨਹੀਂ ਪਾਉਂਦੇ ਹੁੰਦੇ ਏਡੇ ਏਡੇ ਟਾਇਰ ਹਨਾ ਜੀਪਾਂ ਲਈ ਹੈ ਜਿਆਦਾਤਰ ਇਹ ਤਾਂ ਬਈ ਉਹ ਜਿਵੇਂ ਕਹਿੰਦੇ ਨੇ ਨਾ ਸ਼ੌਂਕ ਦਾ ਮੁੱਲ ਹੁੰਦਾ ਹਨਾ ਸਾਰਾ ਵੀ ਕਈਆਂ ਨੂੰ ਜਿਵੇਂ ਉਹਨਾਂ ਨੂੰ ਘੋੜਿਆਂ ਦਾ ਸ਼ੌਂਕ ਹੁੰਦਾ ਤੇ ਇਹ ਬਾਈ ਨੂੰ ਮੇਰੇ ਹਿਸਾਬ ਨਾਲ ਟਰੈਕਟਰਾਂ ਦਾ ਸ਼ੌਂਕ ਹੁੰਦਾ ਟਾਇਰ ਦੇਖ ਲਓ ਕਿੱਡੇ ਕਿੱਡੇ ਮੋٹے ਪਾਦੇ ਬਈ ਕਿੰਨਾ ਚੌੜਾ ਹੋਊਗਾ ਇਹ ਟਾਇਰ ਇਹ 2 ਫੁੱਟੇ ਵਜਦੇ 2 ਫੁੱਟੇ ਤੇ ਮਗਰ ਲਈ ਬਈ ਚੌੜੇ ਕੀਤੇ ਵੇ ਤੇ ਆਹ ਬਈ ਇਹ ਕਿੰਨਾ ਖਰਚਾ ਕਿੰਨਾ ਆ ਗਿਆ ਮੈਨੂੰ ਆਹ ਟਾਇਰਾਂ ਦਾ ਤੇ ਮਗਰ ਲਿਆਂ ਦਾ ਇਹ 35 ਤੋਂ 40 ਦੇ ਵਿੱਚ ਵਿੱਚ ਆਈ ਦੇ ਠੀਕ ਆ ਟਾਇਰ ਤੇ 70 ਦੇ 80 ਪਾਸੇ ਹੋਗਾ ਜੀ ਮਗਰਲੇ ਟਾਇਰ ਮੈਨੂੰ ਲੱਖ ਤੋਂ ਟਾਇਰਾਂ ਦਾ ਕੰਮ ਟੱਪ ਗਿਆ ਤੇ ਆਹ ਬਈ ਆ ਕੀ ਚੱਕਰ ਆ ਜਿਹੜਾ ਇੰਨਾ ਗਾਂਝਾ ਲੰਮਾ ਕਰਨ ਦੇ ਚੱਕਰ ਚ ਆ ਕਿਵੇਂ ਲੰਮਾ ਕਰਨ ਦੇ ਸੋਹਣਾ ਲੱਗਦਾ ਲੰਮਾ ਕਰਕੇ ਹੀ ਤਾਂ ਕਰੇ ਇਹ ਬਈ ਕਿੰਨਾ ਹੀ ਮਿਲਦਾ ਟਾਈਟਨ ਫੁੱਟ ਇਹ ਹੋ ਹਣਾ 34 ਇੰਚ ਇਹਦਾ ਵੀ ਫਾਇਦਾ ਵੀ ਹੈਗਾ ਕੋਈ ਕੂਈ ਲਾ ਦੇ ਫਾਇਦਾ ਬਾ ਸ਼ੌਂਕ ਹੈ ਜੀ ਸ਼ੌਂਕ ਹੈ ਤੇ ਉਂ ਵੀ ਇਹਦਾ ਹੋ ਹੁੰਦਾ ਮੇਰੇ ਸਾਨਾ ਵੀ ਜਿਵੇਂ ਉਹ ਕੀ ਕਰਨ ਹੁੰਦਾ ਹੈ ਸੁਪਰ ਸਿੱਟਰ ਜਿਹਾ ਉਹ ਪਾਉਂਦੇ ਆ ਗੱਟੇ-ਗੱਟੇ ਰੱਖੇ ਜਾਂਦੇ ਇਹ ਬੋਰੀਆਂ ਦੇ ਉੱਤੇ ਰੱਖ ਵਾਈਆਂ ਰੱਖਣ ਨੂੰ ਵੀ ਕੰਮ ਆਉਂਦਾ ਠੀਕ ਹੈ ਤੇ ਆਹ ਬਈ ਜਿਵੇਂ ਕਾਲਾ ਜਿਹਾ ਪੱਟੀ ਵੈਸੇ ਹੀ ਲਵਾਤੀ ਇਹ ਲੈਮੀਨੇਸ਼ਨ ਕਰਾਇਆ ਹੋਇਆ ਸਾਰਾ ਲੈਮੀਨੇਸ਼ਨ ਹੈ ਹਾਂਜੀ ਸਕ੍ਰੈਚਾਂ ਤੋਂ ਬਚਾਉਣ ਕਰਾ ਹਾਂਜੀ ਹਾਂਜੀ ਠੀਕ ਹੈ ਤੇ ਇੱਕ ਵਾਹ ਵਾਹ ਕੁਸ਼ੀਆ ਕਰਾਈ ਬਿਠਾਉਣ ਕੀ ਕੀ ਮਲਾਦ ਆਦੀਆਂ ਗੱਲਾਂ ਸੀ ਭੁੱਲੀ ਜਾਵਾਂਗੇ ਆਹ ਛਤਰੀ-ਚੁਤਰੀ ਬਈ ਕਿਵੇਂ ਇਹ ਕੰਪਨੀ ਵੱਲੋਂ ਦੀ ਕਿ ਤੁਸੀਂ ਇਹ ਅਲੱਗ ਤੋਂ ਲਵਾਈ ਬਈ ਅਲੱਗ ਤੋਂ ਲਵਾਈ ਵੀ ਹੈ ਅਲੱਗ ਤੋਂ ਲਵਾਈ ਵੀ ਹੈ ਇਹਦੇ ਚ ਬਾਈ ਨੂੰ LED ਜੀ ਵੀ ਲਵਾਤੀ ਹੈ ਹਨਾ ਜਿਹਦੇ ਚ ਵਾਹਿਗ ਉਹ ਲਿਖਿਆ ਆਂਦਾ ਹਨਾ ਤੇ ਭਈ ਇਹ ਫੋਟੋ ਕਿਦੀ ਲਾਤੀ ਵਿੱਚ ਇਹ ਬਾਪੂ ਦੀ ਆਈ ਤੁਹਾਡੇ ਡੈਡੀ ਦੀ ਫੋਟੋ ਹਾਂਜੀ ਠੀਕ ਐ ਤੇ ਆ ਜਿਹੜੇ ਐਮਪ ਤਰਾ ਇਹ ਵੀ ਬਈ ਮੈਨੂੰ ਵਾਵਾ ਮਹਿੰਗੇ ਲੱਗਦੇ ਹੈਗੇ ਤੇ ਕਿੰਨੇ ਕਿਤੇ ਇਹ ਇਹ ਲੱਖ ਦਿਆ ਸੇ ਪਾਸੇ ਸੱਚੀ ਬਈ ਆ ਹਾਂਜੀ ਕਮਾਲ ਆ ਯਾਰ ਲੱਖ ਚ ਰਬਈ ਮੈਂ ਹੁਣ ਟਰੈਕਟਰ ਵੀ ਆ ਜਾਂਦਾ ਪੁਰਾਣਾ ਹਨਾ ਚੱਲਦਾ ਫਿਰਦਾ ਮੋਣਾ ਮੋਟਾ ਤੇ ਲੱਖ ਰੁਪਏ ਦੇ ਸਪੀਕਰ ਲਾ ਵੀ ਇਹ ਗੱਲ ਉਹ ਕਹਿੰਦੇ ਸ਼ੌਂਕ ਆ ਆ ਕੀ ਆ ਯਾਰ ਤਾਂ ਚੀਜ਼ ਹੀ ਮੈਂ ਤਾਂ ਹੁਣ ਵੇਖੀ ਆ ਇਹ ਕੀ ਆ ਯਾਰ ਇਹ ਕਮਾਲ ਆ ਬਈ ਕਮਾਲ ਦੇ ਕਮਾਲ ਆ ਵੀ ਘੁਮਾ ਦਿੰਨੇ ਆਪਾਂ ਸਪਿੰਨਰ ਕਹਿੰਦੇ ਆ ਵੀ ਹਾਂਜੀ ਇਹ ਵੀ ਵੀ ਵੈਸੀ ਹਾਂਜੀ ਦੇਖ ਲੈ ਮੈਂ ਤਾਂ ਚੀਜ਼ਾਂ ਹੀ ਸੌ ਲੱਗ ਗਈਆਂ ਦੇ ਅੱਛਾ ਸਟੀਲ ਦੇ ਐ ਹਾਂਜੀ ਠੀਕ ਐ ਇਲੇਜ਼ਰ ਕਟਿੰਗ ਵਾਲੀ ਕਿਤੇ ਵੀ ਸਾਰੀ ਹਾਂਜੀ ਹਾਂਜੀ ਨਵੀਂ ਸ਼ੌਂਕ ਵੇਖੋ ਨਾ ਕਿੱਥੋਂ ਕਿੱਥੋਂ ਤੱਕ ਲੰਘਾ। ਤੁਸੀਂ ਵੀ ਦੱਸਿਓ ਬਈ ਇਹ ਸ਼ੌਂਕ ਬਾਰੇ ਕੀ ਖਿਆਲ ਹੈ। ਕਈ ਮੇਰੇ ਵੀਰ ਤਾਂ ਐ ਕਹਿ ਦੇਣਗੇ ਵੀ ਐਵੇਂ ਹੀ ਕੰਮ ਕਰੀ ਜਾਂਦੇ ਆ। ਕਈ ਕਹਿੰਦੇ ਵੀ ਸ਼ੌਂਕ ਦਾ ਬਈ ਮੁੱਲ ਨਹੀਂ ਹੁੰਦਾ ਹਨਾ ਵੀ ਸ਼ੌਂਕ ਸ਼ੌਂਕ ਦੇ ਚੱਕਰ 'ਚ ਦੁਬਈ ਵਾਲੇ ਰਾਜੇ ਕੁਛ ਦਾ ਕੁਛ ਬਣਾਉਂਦੇ ਹਨਾ ਇਹ ਕੋਈ ਉਹ ਨਹੀਂ। ਸੇ ਮੇਨ ਚੀਜ਼ ਮਗਰ ਪਈ ਅਸਲ ਦੇ ਵਿੱਚ। ਆਹ ਦੇਖੋ ਉਸਤਾਦ ਜੀ ਦੀ ਫੋਟੋ। ਬਾਈ ਆਪਣੇ ਮੂੰਹੋਂ ਦੱਸੋ ਵੀ ਇਹ ਕਿਉਂ ਲਗਾਈ ਆ ਫੈਨ ਆ ਜਾਂ ਕੀ ਗੱਲਬਾਤ। ਫੈਨ ਹੈ ਜੀ। ਪੱਕੜੜ ਫੈਨ ਬਈ ਜਾਮਾ ਜੀ। ਤੇ ਫੋਟੋਆਂ ਲਾਈਆਂ ਤੇ ਅੱਗੇ ਲਿਖਿਆ ਤੂੰ ਪੱਤ ਅੱਗੇ ਤੇਰੇ ਕੰਮ ਕਰਕੇ ਇੱਥੇ ਫੋਟੋ ਨਹੀਂ ਖਿਚਾਉਂਦਾ ਕੋਈ ਚੰਮ ਕਰਕੇ ਤੇ ਮੂਸੇ ਵਾਲੇ ਦੀ ਆਪਾਂ ਇੱਕ ਗੱਲ ਸਿਫਤ ਜ਼ਰੂਰ ਜਾਣਦੇ ਆਂ ਵੀ ਜੇ ਮਾਈ ਉਹਦਾ ਫੈਨ ਵੀ ਆ ਹਨਾ ਤੇ ਟਰੈਕਟਰ ਤੇ ਹੀ ਪੈਸੇ ਲਾਏ ਮੋਡੀਫਾਈ ਕਰਵਾਏ ਆ ਮੂਸੇ ਵਾਲੇ ਦੀ ਪੰਜਾਬ ਨੂੰ ਜਾਂ ਪੰਜਾਬ ਦੀ ਨੌਜਵਾਨੀ ਨੂੰ ਇੱਕ ਦੇਣ ਮੈਂ ਜ਼ਰੂਰ ਗਿਣਦਾ ਵੀ ਉਹਨੇ ਮਹਿੰਗੀਆਂ ਕਾਰਾਂ ਤੇ ਪੈਸੇ ਲਾਉਣ ਨਹੀਂ ਲਾਏ ਗੱਭਰੂ ਟਰੈਕਟਰਾਂ ਤੇ ਜ਼ਰੂਰ ਲਾਏ ਹੈਗੇ ਟਰੈਕਟਰਾਂ ਤੇ ਲਾਉਣ ਦਾ ਮਤਲਬ ਇਹ ਵੀ ਉਹ ਟਰੈਕਟਰ ਲੈ ਕੇ ਟਰੈਕਟਰ ਤੇ ਪੈਸੇ ਲਾ ਕੇ ਵਾਹੀ ਕਰੂਗਾ ਕੋਈ ਕੰਮ ਹੀ ਕਰੂਗਾ ਤੇ ਜਿਹੜੇ ਪਹਿਲਾਂ ਵਾਲੇ ਕਲਾਕਾਰ ਹੁੰਦੇ ਸੀ ਆਮ ਕਲਾਕਾਰ ਉਹ ਫੋਕਰੀਆਂ ਮਾਰੀ ਜਾਂਦੇ ਸੀ ਕਿ ਇਹਨੇ 50 ਲੱਖ ਵਾਲੀ ਕਾਰ ਦਿਖਾਦੀ ਕੇ ਇਹਨੇ ਕਰੋੜ ਵਾਲੀ ਉਹ ਨਾ ਕੇ ਇਹਨੇ ਲੈਣੀ ਨਾ ਕਰਨੀ ਐਵੇਂ ਬਗਟੀਆਂ ਦਿਖਾਤੀਆਂ ਦਿਖਾਤਾ ਤੇ ਇਹ ਬਾਈ ਦੀ ਸਿਫਤ ਸੀਗੀ ਮੂਸੇ ਵਾਲੀ ਦੀ ਵੀ ਉਹਨੇ ਟਰੈਕਟਰ ਆਪ ਚਲਾਉਂਦਾ ਸੀਗਾ ਤੇ ਤਾਂ ਹੀ ਅੱਜ ਫੋਟੋਆਂ ਵਿੱਚ ਵੀ ਟਰੈਕਟਰਾਂ ਤੇ ਹੀ ਹਨਾ ਉਹਦਿਆਂ ਇਹ ਗੱਲ ਤੁਹਾਨੂੰ ਵੀ ਖਾਸ ਲੱਗਦੀ ਉਹ ਕਿਤੇ ਨਾ ਕਿਤੇ ਵੀ ਜਮਾ ਜੀ ਖਾਸ ਲੱਗਦੀ ਹੈ ਵੀ ਇਹ ਟਰੈਕਟਰਾਂ ਨੂੰ ਤਰਜੀਹ ਦਿੰਦਾ ਸੀ ਖੇਤੀ ਬੜੀ ਨੂੰ ਜਾਂ ਕੰਮ ਕਰਨ ਨੂੰ ਆਪ ਖੇਤੀ ਕਰਦਾ ਸੀਗਾ ਇਹ ਕੰਮ ਕਰਦਾ ਸੀ ਪਿੰਡ 'ਚ ਰਹਿੰਦਾ ਸੀ ਹੂੰ ਤੇ ਇਹ ਉਹਦੀ ਦੇਣ ਜ਼ਰੂਰ ਸੀਗੀ ਤੇ ਹੋਰ ਵੀ ਅਪਰ ਹੋਰ ਵੀ ਕੁਝ ਰਹੇਗਾ ਦੱਸੋ ਮੈਨੂੰ ਧਿਆਨ ਚ ਅੱਛਾ ਆਹ ਹੋਰ ਰਹੀਆਂ ਚੀਜ਼ਾਂ ਯਾਰ ਆਸੇ ਆ ਆ ਗਈ ਹੈ ਬਈ ਇਹ ਹੂਟਰ ਲਾਇਆ ਵੇ ਮਜ਼ਾ ਆ ਰਿਹਾ ਬਈ ਹਾਂਜੀ ਹਾਂਜੀ ਮੈਂ ਹੂਟਰ ਵਜਾਦਗੇ ਹੋਰ ਵੀ ਹੈ ਇਹ ਬਈ ਕਾਤੋਂ ਲਗਾਇਆ ਯਾਰ ਤੂੰ ਵੈਸੇ ਸ਼ੌਂਕ ਨੂੰ ਲਾਇਆ ਹੈ ਵਿੱਚ ਮਾਈਕ ਆ ਬੋਲੇ ਵੀ ਜਾਂਦਾ ਇਹਦੇ ਅੱਛਾ ਉਹ ਵੀ ਆਪ ਦਿਨੇ ਆ ਸਟੀering ਜਿਹੜਾ ਹੈਗਾ ਮੂਸੇ ਵਾਲੇ ਨੇ ਜਿਹਾ ਬਣਾਇਆ ਸੀ ਨਾ ਉਹ ਜਿਹੜੇ ਸੰਗਲ ਜੇ ਹੁੰਦੇ ਉਹ ਬਣਾਇਆ ਸੀ ਇਹ ਚੈਨ ਦਾ ਹਨਾ ਤੇ ਹੋਰ ਵੀ ਬਾਈ ਇਹਦੇ ਚ ਕੋਈ ਗੱਲ ਬਾਤ ਨਹੀਂ ਵਿਚ 스ਪਿੰਨਰ ਲੱਗੇ ਵੀ ਅੱਛਾ ਵਿਚਾਲੇ ਇਹ ਵੀ ਕੈਨੇਡਾ ਦਾ ਝੰਡਾ ਬਈ ਹਾਂਜੀ ਹਾਂਜੀ ਤੇ ਇਹ ਬਾਈ ਨੇ ਉਹ ਉਵੇਂ ਹੀ ਬਣਾਇਆ ਪਰ ਉਹ ਉਹ ਤੋਂ ਥੋੜੀ ਅਲੱਗ ਚੀਜ਼ ਬਣਾਈ ਹੈ ਹਨਾ ਬਈ ਇਹ ਇਹ ਤਾਂ ਨਹੀਂ ਪਹਿਲਾਂ ਵੇਖੀ ਕਿਤੋਂ ਕਿ ਵੇਖੀ ਸੀਗੀ ਇਹ ਲੱਗਿਆ ਸੀਗਾ ਇਹ ਕਈਆਂ ਡਾਇਰੈਕਟਰਾਂ ਦੇ ਤਾਂ ਕਰਕੇ ਵੇਖ ਕੇ ਫਿਰ ਠੀਕ ਹੈ ਕੰਗਾ ਦੇ ਹੋਰ ਲੱਗਿਆ ਫਿਰ ਤੇ ਘੈਂਟ ਚੀਜ਼ ਬਾਈ ਨੇ ਬਣਾਈ ਐ ਹੋਰ ਬਾਈ ਇਹ ਚ ਜਿਹੜਾ ਇੰਨੇ ਪੈਸੇ ਲਾਏ ਆ ਹੋਰ ਕੀ ਕੀ ਹੋਇਆ ਬਈ ਸਪੈਸ਼ਲ ਟਰਬੋ ਲਾਇਆ ਬਈ ਟਰਬੋ ਤਾਂ ਪਹਿਲਾਂ ਹੁੰਦਾ ਨਹੀਂ ਜੇ ਇਹ ਚ ਨਹੀਂ ਪਹਿਲਾਂ ਨਹੀਂ ਆਉਂਦਾ ਜੀ ਬਾਅਦ ਚ ਲਾਇਆ ਬਈ ਤੇ ਉਹਦਾ ਫਰਕ ਕੀ ਪਿਆ ਬਈ ਉਹ ਦਿਖਾਉ ਹਣ ਫਰਕ ਇੱਕ ਤਾਂ ਸੀਟੀ ਮਾਰਦਾ ਜੀ ਅੱਛਾ ਸੀਟੀ ਮਾਰ ਆਹ ਆਹ ਜਾਲ ਦਾ ਸਿਟੀ ਜੀ ਦਿਵਾਜ ਆਉਂਦੀ ਹਨਾ ਬਈ ਹਾਂਜੀ ਹਾਂਜੀ ਬਹੁਤ ਨਿੱਕੀਆਂ ਨਿੱਕੀਆਂ ਚੀਜ਼ਾਂ ਹਨਾ ਇਹ ਪਰ ਕੀ ਗਣਨ ਦਾ ਸ਼ੌਂਕ ਦੀ ਗੱਲ ਆ ਜਾਂਦੀ ਜਿੱਥੇ ਫਿਰ ਇਹ ਸਾਰੀਆਂ ਚੀਜ਼ਾਂ ਫਿੱਕੀਆਂ ਪੈ ਜਾਂਦੀਆਂ ਪੈਸੇ ਪੂਸੇ ਵਾਲੀਆਂ ਜਾਂ ਪ੍ਰੈਸ਼ਰ ਵਾਲੇ ਹਾਰਨ ਲੈਂਦੇ ਲਾਈ ਬੈਠੇ ਉਹ ਕਿੱਥੇ ਲਾਏ ਬਈ ਉਹ ਥੱਲੇ ਲੱਗੇ ਹੋਏ ਅੱਛਾ ਇਹਦਾ ਵੀ ਤੁਸੀਂ ਉਹ ਲਾਈ ਬੈਠਾ ਟਰੱਕਾਂ ਨੂੰ ਹੀ ਲਾਈ ਬੈਠਾ ਹਨਾ ਵੱਡੇ ਵੱਡੇ ਛੇਪੀ ਬਣਨਾਂ ਲੰਗਾ ਜੀ ਤੇ ਤਾਂ ਕੋਈ ਬਾਹਲਾ ਵੱਡਾ ਨਾ ਕੰਮ ਹੋ ਜੂ ਇਹ ਕੰਮ ਤਾਂ ਵੱਡਾ ਹੀ ਆ ਜੀ ਇਹਦਾ ਟਰੇਨ ਵਾਲੇ ਲਾਈ ਬੈਠਿਆ ਤੁਸੀਂ ਫਤੰਦਰ ਤੇ ਆ ਬਾਈ ਨੇ ਸਪੈਸ਼ਲ ਬ੍ਰਾਂਡ ਲਖਾਇਆ ਹਨ ਤੇ ਬਾਈ ਦੀ ਇੰਸਟਾਗ੍ਰam ਆਈਡੀ ਵੀ ਬਾਈ ਇਧਰੋਂ ਦਿਖਾ ਦਿਓ ਤੁਸੀਂ ਹਨ ਕਿਸੇ ਨੇ ਕੋਈ ਇੰਸਟਾ ਤੇ ਕੋਈ ਬੰਦਾ ਆਉਂਦਾ ਜਾਂਦਾ ਹੁੰਦਾ ਹੈ ਕਿਈ ਰੀ ਤਾਂ ਘੇੜਾ ਕੱਢਿਆ ਹੋਇਆ ਆਈਡੀ ਤੇ ਜਾ ਕੇ ਫੋਲੋ ਵਾਲਾ ਬਟਨ ਲਵਾਇਆ ਬਾਈ ਹਾਂਜੀ ਹਾਂ ਉਹ ਲੱਗਿਆ ਬਟਨ ਤੇ ਤੁਸੀਂ ਉਹ ਵੀ ਦੇਖ ਲਿਓ ਤੇ ਬਾਈ ਆ ਇੱਕ ਆ ਤਾਂ ਗੱਲ ਹੋ ਗਈ ਸੀ ਹਨਾ ਬਾਈ ਟੈਂਕੀ ਦੀ ਆਪਣੀ ਕਿ ਨਹੀਂ ਹੋਈ ਸੀ ਇਹਦੇ ਬਾਰੇ ਵੀ ਦੱਸੋ ਬਈ ਇਹ ਪ੍ਰੈਸ਼ਰ ਵਾਲੇ ਹਾਰਨਾ ਕਰਕੇ ਲਾਈ ਵੀ ਹੈ ਪ੍ਰੈਸ਼ਰ ਵਾਲੇ ਹਾਰਨਾ ਕਰਕੇ ਹਾਂਜੀ ਬਾਕੀ ਸਾਰੇ ਰੇਡੀਏਟਰ ਜੇ ਆਇਰ ਕਲਾਈਨਰ ਚਾ ਵਕਾ ਮਾਰਨੀ ਆ ਉਹਦੇ ਵਰਕੇ ਇੱਥੇ ਪਾਈਪ ਚੜਾ ਕੇ ਤੇ ਆ ਮਾਰ ਲੈਣੀ ਵੀ ਕਈ ਕੰਮ ਲੈਣੇ ਆ ਕਈ ਕੰਮ ਸੋ ਕਈ ਚੀਜ਼ਾਂ ਦੇਖਣ ਵਾਲੀਆਂ ਹਨਾ ਤੇ ਬਾਈ ਯਾਨਕਿ ਇੱਕ ਮਿਹਨਤ ਜ਼ਰੂਰ ਹੈ ਵੀ ਕਈ ਇਹ ਕੋਈ ਛੋਟਾ ਜਿਮੀਦਾਰ ਹੁੰਦਾ ਹੈਗਾ ਉਹ ਐਵੇਂ ਨਾ ਤੁਸੀਂ ਬਾਪੂ ਦੇ ਗਲ ਚ ਗੂਠਾ ਦੇ ਦੇ ਮੈਨੂੰ ਵੀ ਟਰੈਕਟਰ ਇਹ ਜਾ ਬਣਾਉਣਾ ਵੇਤ ਵੇਖੋ ਆਪਣਾ ਚਾਦਰ ਦੇਖ ਕੇ ਪੈਰ ਪਸਾਰੇਓ ਜਿਹਦਾ ਸਰਦ ਹੈ ਜਿਹੜਾ ਕਰ ਸਕਦਾ ਘਰੋਂ ਠੀਕ ਹੈ ਉਹ ਕਰ ਲਿਓ ਐਵੇਂ ਬੋਝ ਨਾ ਬਣਾਇਓ ਕਿਸ ਚੀਜ਼ ਦਾ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਹੋ ਹਨਾ ਤੇ ਦੱਸਿਓ ਜ਼ਰੂਰ ਕਮੈਂਟ ਕਰਕੇ ਵੀ ਕੀ ਗੱਲਬਾਤ ਲੱਗੀ ਬਾਈ ਨੇ ਜਿਹੜਾ ਆਹ ਗੱਲਬਾਤ ਕੀਤੀ ਹੈ ਠੀਕ ਹੈ ਕਿ ਨਹੀਂ ਧੰਨਵਾਦ ਜੀ